ਕੋਈ ਕਮੀਨਾ ਰਾਜਾਵੇ ਸੰਗਠਨ ਦੀ ਆਉਪਕਤ ਵਿੱਚ ਕੋਈ ਸੇਵਾ ਸੰਭਾਲ ਵਿੱਚ ਕਿਹੜਾ ਵੀ ਵਿਅਕਤੀ ਭਾਵੇਂ ਉਹ ਸੇਵਾਦਾਰ ਹੈ ਭਾਵੇਂ ਉਹ ਮੈਨੇਜਰ ਹੈ ਭਾਵੇਂ ਉਹ ਸਕੱਤਰ ਹੈ ਕੋਈ ਵੀ ਬੰਦਾ ਜੇ ਕੋਈ ਕਰਾਪਸ਼ਨ ਦੇ ਕੇਸ ਵਿੱਚ ਜਾਂ ਕੋਈ ਸ਼ਰਾਬ ਨਸ਼ੇ ਵਰਗੀ ਚੀਜ਼ ਦੇ ਵਿੱਚ ਜਾਂ ਕੋਈ ਔਰਤ ਦੇ ਕਿਸੇ ਵੀ ਸ਼ੇਰਚਾਰ ਜਾਂ ਦੁਰਾਚਾਰੀ ਵਾਲੇ ਕੇਸ ਵਿੱਚ ਫਸ ਗਿਆ ਉਹ ਆਪਣੇ ਆਪ ਨੂੰ ਪਹਿਲਾਂ ਹੀ ਸਮਝੇ ਕਿ ਅਸੀਂ ਸੱਚਤਾ ਵਿੱਚ ਲਿਆਂਦੇ ਜੋਗ ਨਹੀਂ ਜਿਹੜਾ ਮੁਲਾਜ਼ਮ ਕਿਸੇ ਕਿਸਮ ਦੇ ਸਸਪੈਂਡ ਹੋ ਗਿਆ ਅਸੀਂ ਕਰਾਂਗੇ ਉਹਨੂੰ ਹੀ ਜਿਹੜਾ ਕਿ ਗਲਤ ਹੋਇਆ ਕੋਈ ਮਜਬੂਰ ਨਾ ਕਰੇ ਕਿਸੇ ਮੈਂਬਰ ਨੂੰ ਕਿ ਕਿਸੇ ਵੀ ਗਲਤ ਮੁਲਾਜ਼ਮ ਦੀ ਅਸੀਂ ਤਰਫਦਾਰੀ ਕਰਕੇ ਅਸੀਂ పాਪ ਆਪਣੇ ਸਿਰ ਤੇ ਨਹੀਂ ਲਿਆ ਪਹਿਲਾਂ ਤੇ ਪਾਤਸ਼ਾਹ ਦਾ ਸ਼ੁਕਰਾਨਾ ਕਰਨ ਵਾਸਤੇ ਤਰਸਰੀ ਕੇਸਗੜ ਸਾਹਿਬ ਦਸਵੇਂ ਪਾਤਸ਼ਾਹ ਦੇ ਇਸ ਪਵਿੱਤਰ ਸਥਾਨ ਦੇ ਸਨਤਮਸਤਕੋਂ ਵਾਸਤੇ ਵੀ ਆਏ ਹੈ ਤੇ ਗੁਰੂ ਸਾਹਿਬ ਦੀ ਬਖਸ਼ਿਸ਼ ਲੈਣ ਵਾਸਤੇ ਵੀ ਆਪਣੀ ਝੋਲੀ ਖੋਲ ਕੇ ਭਰਨ ਵਾਸਤੇ ਆਏ ਤੇ ਪਾਤਸ਼ਾਹ ਦਾ ਸ਼ੁਕਰਾਨਾ ਵੀ ਹੈ ਕਿ ਬਹੁਤ ਵੱਡੀ ਸੇਵਾ ਅੱਜ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੇ ਉਹਦੀ ਤਾਕਤ ਲੈਣ ਵਾਸਤੇ ਵੀ ਗੁਰੂ ਸਾਹਿਬ ਜੀ ਦੇ ਘਰ ਤੋਂ ਅਸੀਂ ਇੱਥੇ ਆ ਗਏ ਦੂਜੀ ਜਿਹੜੀ ਗੱਲ ਹੈ ਕਿਉਂਕਿ ਸਾਡੀ ਡਿਊਟੀ ਜਿਹੜੀ ਹੈ ਉਹ ਹੈ ਕਿ ਚੰਗੇ ਪ੍ਰਬੰਧ ਕੀਤੇ ਜਾਣ ਸੇਵਾ ਸੰਭਾਲ ਸੰਗਤ ਦੀ ਚੰਗੀ ਕੀਤੀ ਜਾਵੇ ਸਾਫ਼ ਸੁਥਰਾ ਮਾਹੌਲ ਦਿੱਤਾ ਜਾਵੇ ਚੰਗਾ ਪ੍ਰਚਾਰ ਪ੍ਰਸਾਰ ਬਾਣੀ ਦਾ ਕੀਤਾ ਜਾਵੇ ਗੁਰਮਤ ਦੇ ਉੱਤੇ ਪਰਪੱਕਤਾ ਦੇ ਨਾਲ ਪੈਰਿਦਾਰੀ ਕੀਤੀ ਜਾਵੇ ਜਾਂ ਆਈ ਸੰਗਤ ਨੂੰ ਸਨਮਾਨ ਸਤਕਾਰ ਸ਼ਰਧਾ ਦੇ ਨਾਲ ਪਵਿਵਨੀ ਵਿੱਚ ਰਹਿ ਕੇ ਉਹਨਾਂ ਨੂੰ ਜਿਵੇਂ ਕਿਹਾ ਜਾਵੇ ਇਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਆਪਣੇ ਸਟਾਫ ਮੈਂਬਰਾਂ ਨੂੰ ਅਸੀਂ ਦੱਸ ਰਹੇ ਹਾਂ ਕਿ ਕਿਸੇ ਕਿਸਮ ਦੀ ਕੋਤਾਈ ਇਹਨਾਂ ਗੱਲਾਂ ਵਿੱਚ ਜਿਹੜੀ ਹੈ ਉਹ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਸੰਸਥਾ ਵੱਲੋਂ ਨਹੀਂ ਬਰਦਾਸ਼ਤ ਕੀਤੀ ਜਾਏਗੀ ਪਹਿਲਾਂ ਵੀ ਨਹੀਂ ਕੀਤੀ ਜਾਂਦੀ ਔਰ ਅੱਜ ਵੀ ਕਿਤੇ ਕੋਈ ਇਹ ਮਤ ਸਮਝੇ ਕਿ ਸ਼ਾਇਦ ਹੁਣ ਪ੍ਰਬੰਧ ਦੇ ਵਿੱਚ ਥੋੜੀ ਚੇਂਜ ਆਈ ਹੈ ਉਹ ਅਸੀਂ ਉਹਨੂੰ ਬਰਦਾਸ਼ਤ ਕਰਾਂਗੇ ਇਹ ਨਹੀਂ ਕੀਤੀ ਜਾਊਗੀ ਕੋਈ ਕਮੀ ਨਾਲ ਰਾਜਾਵੇ ਸੰਗਤ ਦੀ ਆਵਪਕਤ ਵਿੱਚ ਕੋਈ ਸੇਵਾ ਸੰਭਾਲ ਵਿੱਚ ਇਸ ਦੇ ਉੱਤੇ ਵੀ ਵਿਚਾਰਾ ਹੋਈ ਨਹੀਂ ਔਰ ਜਿਹੜੀਆਂ ਜਿਹੜੀਆਂ ਕੋਈ ਕਮੀਆਂ ਪੇਸ਼ੀਆਂ ਕਿਸੇ ਥਾਂ ਤੇ ਆ ਉਹ ਮੈਨੇਜਰਸ ਨੂੰ ਕਹਾਂ ਕਿ ਤੁਸੀਂ ਸਾਨੂੰ ਸਾਰਾ ਦੱਸਣਾ ਕਿੱਥੇ ਸਟਾਫ ਘਟਾ ਹੈ ਕਿੱਥੇ ਕੋਈ ਵਾਸ਼ਰੂਮ ਘਟਾ ਹੈ ਕਿਤੇ ਕੋਈ ਸਰਾਹ ਦੀ ਕਮੀ ਹੈ ਕੋਈ ਕਿਸੇ ਕਿਸਮ ਦੀ ਕੋਈ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਨੂੰ ਪਰੇਸ਼ਾਨੀ ਆਉਂਦੀ ਹੈ ਉਹ ਸਾਰੀਆਂ ਗੱਲਾਂ ਦਾ ਸਾਨੂੰ ਵੀਰਵਾ ਤੁਰੰਤ ਭੇਜੋ ਤਾਂ ਜੋ ਅਸੀਂ ਉਹਨਾਂ ਸਾਰੀਆਂ ਨੂੰ ਪੂਰੀਆਂ ਕਰ ਸਕੀਏ ਜਿਸ ਤਰ੍ਹਾਂ ਕਿ ਥਾਂ ਦੇ ਸਟਾਫ ਘਟਾ ਹੈ ਕਿਤੇ ਕੋਈ ਗ੍ਰੰਥੀ ਘਟਾ ਹੈ ਕਿਤੇ ਕੋਈ ਸੇਵਾਦਾਰ ਘਟਾ ਹੈ ਕਿਤੇ ਕੋਈ ਪ੍ਰਚਾਰਕ ਘਟ ਹੈ ਕਿ ਕੋਈ ਰਾਗੀ ਘਟ ਹੈ ਉਹ ਸਾਰੀਆਂ ਗੱਲਾਂ ਜਿਹੜੀਆਂ ਅਸੀਂ ਵੱਖ-ਵੱਖੀਆਂ ਤੀਜੀ ਗੱਲ ਇਹ ਕਿ ਪਿਛਲੇ ਸਮੇਂ ਦੇ ਦੌਰਾਨ ਜੋ ਪ੍ਰਬੰਧ ਵਿੱਚ ਕੋਈ ਅਵੇਸਲਾਪਨ ਹੋਇਆ ਜਾਂ ਜੋ ਕੋਈ ਨਿਜਮਾ ਦੇ ਨਿਜਮਾ ਦੇ ਵਿੱਚ ਬੇਨਿਜ਼ਮੀ ਹੋਈ ਹੈ ਜਾਂ ਕੋਈ ਆਮਾਨਤ ਵਿੱਚ ਖੈਨਤ ਹੋਈ ਹੈ ਉਹ ਗੱਲਾਂ ਦਾ ਧਿਆਨ ਰੱਖਣ ਵਾਸਤੇ ਸੀ ਸੁਚੇਤ ਕੀਤਾ ਤਿੰਨ ਗੱਲਾਂ ਵਾਸਤੇ ਖਾਸ ਉਹਨਾਂ ਨੇ ਇਹ ਹਦਾਇਤ ਕੀਤੀ ਹੈ ਕਿ ਜਿਹੜਾ ਵੀ ਵਿਅਕਤੀ ਭਾਵੇਂ ਉਹ ਸੇਵਾਦਾਰ ਹੈ ਭਾਵੇਂ ਉਹ ਮੈਨੇਜਰ ਹੈ ਭਾਵੇਂ ਉਹ ਸਖਤਰ ਹੈ ਕੋਈ ਵੀ ਬੰਦਾ ਜੇ ਕੋਈ ਕ腐ਸ਼ਨ ਦੇ ਕੇਸ ਵਿੱਚ ਜਾਂ ਕੋਈ ਸ਼ਰਾਬ ਨਸ਼ੇ ਵਰਗੀ ਚੀਜ਼ ਦੇ ਵਿੱਚ ਜਾਂ ਕੋਈ ਔਰਤ ਦੇ ਕਿਸੇ ਵੀ ਸ਼ੇਰਚਾਰ ਜਾਂ ਦੁਰਾਚਾਰੀ ਵਾਲੇ ਕੇਸ ਵਿੱਚ ਫਸ ਗਿਆ ਉਹ ਆਪਣੇ ਆਪ ਨੂੰ ਪਹਿਲਾਂ ਹੀ ਸਮਝੇ ਕਿ ਅਸੀਂ ਸੱਚਤਾ ਵਿੱਚ ਲੈਣ ਦੇ ਯੋਗ ਨਹੀਂ ਸੋ ਇਹਨਾਂ ਗੱਲਾਂ ਤੋਂ ਸੁਚੇਤ ਕਰਨ ਵਾਸਤੇ ਅਸੀਂ ਬੁਲਾਏ ਸੀ ਪ੍ਰਬੰਧ ਨੂੰ ਚੁਸਦਰਸਤ ਕਰਨ ਵਾਸਤੇ ਸੰਗਤ ਦੀ ਆਈ ਚੰਗੀ ਸੇਵਾ ਸੰਭਾਲ ਕਰਨ ਵਾਸਤੇ ਜਾਂ ਆਪਣੇ ਪ੍ਰਚਾਰ ਪ੍ਰਸਾਰ ਨੂੰ ਤੇਜ਼ ਕਰਨ ਵਾਸਤੇ ਉੱਥੋਂ ਦੇ ਗੁਰਮਤ ਰਹਿਤ ਬ੍ਰਿਆਦਾ ਦੀ ਪੂਰੀ ਪਰਪੱਕਤਾ ਦਾ ਪਿਆਰੇਦਾਰੀ ਕਰਨ ਵਾਸਤੇ ਹੋਰ ਜਿੱਥੇ ਲੋੜ ਪੈਂਦੀ ਹੈ ਉੱਥੇ ਜਾ ਕੇ ਆਪਾਂ ਆਪਣੀ ਹਾਜ਼ਰ ਹੋਣਾ ਤੇ ਸੰਗਤ ਦੀ ਆਵਾਜ਼ ਵਿੱਚੋਂ ਸੰਗਤੀ ਸੇਵਾ ਕਰਕੇ ਅਸੀਂ ਜੋ ਸੰਗਤਾਂ ਦੀਆਂ ਆਵਾਜ਼ਾਂ ਆਉਂਦੀਆਂ ਨੇ ਜੋ ਉਹਨਾਂ ਦੇ ਸੁਝਾਅ ਹੁੰਦੇ ਐ ਉਹਨੂੰ ਕਦਰਦਾਨੀ ਕਰਨ ਵਾਸਤੇ ਜਨ ਜਿਹੜੇ ਕੋਵਿਡ ਦੇ ਸਮੇਂ ਚੋਂ ਅਸੀਂ ਨਿਕਲ ਰਹੇ ਹਾਂ ਕੋਵਿਡ ਦੇ ਸਮੇਂ ਚੋਂ ਨਿਕਲਦਿਆਂ ਸਾਨੂੰ ਬਹੁਤ ਅੱਜ ਫਾਈਨੈਂਸ ਤੌਰ ਦੇ ਉੱਤੇ ਵੀ ਬੜੀਆਂ ਪਰੇਸ਼ਾਨੀਆਂ ਆ ਰਹੀਆਂ ਬਹੁਤ ਵੱਡਾ ਸਾਡਾ ਅੱਜ ਇਮਤਿਹਾਨ ਹੈ ਫਾਈਨੈਂਸ ਪ੍ਰੋਬਲਮ ਸਭ ਤੋਂ ਵੱਡੀ ਹੈ ਇਸ ਵੇਲੇ ਜਿੱਥੇ ਸਰਕਾਰਾਂ ਦੀ ਹੈ ਉੱਥੇ ਸਾਡੀਆਂ ਸੰਸਥਾਵਾਂ ਦੀ ਵੀ ਕਿਉਂਕਿ ਅਸੀਂ ਬਿਲਕੁਲ ਡਿਪੈਂਡ ਕਰਦੇ ਹਾਂ ਸੰਗਤ ਦੇ ਸਰ ਤੇ ਔਰ ਸੰਗਤ ਦੇ ਕੋਲ ਜੇ ਅੱਜ ਫਾਈਨੈਂਸ਼ੀਅਲ ਘਟ ਸੋਰਸੇਜ ਹੋ ਰਹੇ ਆ ਉਹਨਾਂ ਨੇ ਜੋ ਗੁਰਦੁਆਰਿਆਂ 'ਚ ਵੀ ਕਟੌਣਾ ਐ ਇਸ ਵੇਲੇ ਜਿਹੜੀ ਕੋਵਿਡ ਕਰਕੇ ਬਾਹਰ ਲਈ ਸੰਗਤਾਂ ਵੀ ਨਹੀਂ ਆ ਰਹੀਆਂ ਬਾਹਰਲੇ ਦੇਸ਼ਾਂ ਵਿੱਚ ਵੀ ਕੋਵਿਡ ਦੀ ਪ੍ਰੋਬਲਮ ਐ ਦੇਸ਼ ਵਿੱਚ ਵੀ ਐ ਬਹੁਤ ਘੱਟ ਸੰਗਤਾਂ ਦੀ ਆਮਦ ਹੋਈ ਘੱਟੋ ਘੱਟ 6-7 ਮਹੀਨੇ ਤੇ ਬਿਲਕੁਲ ਹੀ ਜਿਹੜੀ ਆਮਦ ਘਟ ਗਈ ਉਹਦੇ ਕਰਕੇ ਕਿਉਂਕਿ ਸੰਗਤ ਨੇ ਜੋ ਮੱਥਾ ਟੇਕਣਾ ਹੁੰਦਾ ਹੈ ਉਹੀ ਇਸ ਗੁਰੂ ਦੇ ਗੋਲਕ ਵਿੱਚੋਂ ਕੱਢ ਕੇ ਲੱਗ ਸਕਦੇ ਸੇਵਾ ਚਾਜੇ ਕਰਦੇ ਸੋ ਫਾਈਨੈਂਸ਼ੀਅਲ ਪ੍ਰੋਬਲਮ ਨੂੰ ਅਸੀਂ ਕਿਵੇਂ ਹੱਲ ਕਰਨਾ ਉਹ ਤਾਂ ਹੋਏਗਾ ਕਿ ਸੰਗਤ ਦੀ ਚੰਗੀ ਸੇਵਾ ਕਰੀਏ ਸੰਗਤ ਦੀ ਵਧੀਆ ਟੰਗਨਾ ਆਵਪਕਤ ਕਰੀਏ ਆਪਣੇ ਉੱਤੇ ਸਬਰ ਸੰਤੋਖ ਦੇ ਨਾਲ ਰਹਿ ਕੇ ਸੰਜਮ ਵਿੱਚ ਰਹਿ ਕੇ ਆਪਣੇ ਖਰਚੇ ਜਿਹੜੇ ਆ ਉਹ ਵੱਧ ਤੋਂ ਵੱਧ ਕਟਾਏ ਜਾ ਸਕਣ ਜਿਹੜੇ ਫਜ਼ੂਲ ਖਰਚੇ ਆ ਇਹ ਨਹੀਂ ਲੰਗਰ ਦਾ ਖਰਚਾ ਨਹੀਂ ਕਟਾ ਸਕਦੇ ਅਸੀਂ ਪਰ ਉਹਦੇ ਚ ਜੇ ਕੋਈ ਬਿਜ਼ਨਸ ਵੀ ਹੁੰਦੀ ਹੈ ਉਹਨੂੰ ਬੰਦ ਕਰ ਸਕਦੇ ਆ ਜੇ ਕੋਈ ਫਜ਼ੂਲ ਖਰਚੀ ਹੁੰਦੀ ਹੈ ਉਹਨੂੰ ਬੰਦ ਕਰ ਸਕਦੇ ਆ ਜੇ ਕੋਈ ਸਾਡੇ ਹੋਰ ਵਾਧੂ ਮਨ ਲੋ ਲਾਈਟਸ ਜੀ ਫਜ਼ੂਲ ਚੱਲਦੀਆਂ ਨੇ ਪੱਖੇ ਫਜ਼ੂਲ ਚੱਲਦੇ ਆ ਇਲੈਕਟ੍ਰਿਸਿਟੀ ਦਾ ਬੋਝ ਪੈਂਦਾ ਫਜ਼ੂਲ ਜਿਹੜੇ ਖਰਚੇ ਆ ਤੇਲ ਦਾ ਫਜ਼ੂਲ ਖਰਚਾ ਹੈ ਉਹਨਾਂ ਸਾਰਿਆਂ ਨੂੰ ਅਸੀਂ ਸੰਜਮਣਾ ਕਰੀਏ ਸੋ ਇਹਦਾ ਗੱਲਾਂ ਦੇ ਵਾਸਤੇ ਸੁਚੇਤ ਕਰਨ ਵਾਸਤੇ ਆਏ ਸੀ ਤੇ ਨਾਲ ਇਹ ਵੀ ਕਿਹਾ ਕਿ ਜਿਹੜਾ ਮੁਲਾਜ਼ਮ ਕਿਸੇ ਕਿਸਮ ਚ ਸਸਪੈਂਡ ਹੋ ਗਿਆ ਅਸੀਂ ਕਰਾਂਗੇ ਉਹਨੂੰ ਹੀ ਜਿਹੜਾ ਕਿ ਗਲਤ ਹੋਇਆ ਕੋਈ ਮਜਬੂਰ ਨਾ ਕਰੇ ਕਿਸੇ ਮੈਂਬਰ ਨੂੰ ਕਿ ਉਹ ਇਹਨਾਂ ਨੂੰ ਮਜਬੂਰ ਕਰਕੇ ਕਵੇ ਕਿ ਤੁਸੀਂ ਉੱਤੇ ਪਹੁੰਚੋ ਸਾਰੇ ਮੈਂਬਰਾਂ ਦਾ ਅਸੀਂ ਸਨੇਹਾ ਦੇਣ ਵਾਸਤੇ ਵੀ ਆਏ ਆ ਕਿ ਮੈਂਬਰਾਂ ਨੇ ਉੱਥੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਪ੍ਰਣ ਕੀਤਾ ਹੈ ਤਕਿ ਕਿ ਕਿਸੇ ਵੀ ਗਲਤ ਮੁਲਾਜ਼ਮ ਦੀ ਅਸੀਂ ਤਰਫਦਾਰੀ ਕਰਕੇ ਅਸੀਂ ਪਾਪ ਆਪਣੇ ਸਿਰ ਤੇ ਨਹੀਂ ਲੈਣਾ ਸੋ ਇਸ ਕਰਕੇ ਸੁਚੇਤ ਕਰਨ ਵਾਸਤੇ ਆਏ ਆ ਤੇ ਨਾਲ ਹੀ ਕਿਹਾ ਵੀ ਗ੍ਰੰਥੀ ਸਿੰਘ ਜਿਹੜਾ ਰੋਜ਼ ਨਹੀਂ ਤੇ ਕਟੋ-ਕਟ ਹਫਤੇ 'ਚ ਜਾਂ ਮਹੀਨੇ 'ਚ ਇੱਕ ਕਲਾਸ ਸਾਰੇ ਸੇਵਾ ਦਾ ਦਾਬੇ ਰਿਫਰੈਸ਼ਰ ਕੋਸ਼ਿਸ਼ ਤਾਂ ਹੁੰਦੀ ਹੈ ਉਹਨਾਂ ਨੂੰ ਸਮਝਾਵੇ ਸਿੱਖ ਰਹਿਤ ਮਰਿਆਦਾ ਦੇ ਸਬੰਧ ਵਿੱਚ ਜਾਂ ਉਸ ਗੁਰਦੁਆਰੇ ਦੇ ਇਤਿਹਾਸ ਦੇ ਸਬੰਧ ਵਿੱਚ ਜਿਹੜਾ ਕਿ ਆਈ ਸੰਗਤ ਨੂੰ ਦੱਸ ਸਕਣ ਜੇ ਕੋਈ ਪੁੱਛਦਾ ਵੀ ਹੈ ਤੇ ਰਹਿਤ ਮਰਿਆਦਾ ਦੇ ਬਾਰੇ ਤੇ ਜਵਾਬ ਦੇ ਸਕਣ ਸੋ ਉਥੇ ਦੀ ਇੰਪੋਰਟੈਂਸ ਕੀ ਹੈ ਉਥੇ ਦੀ ਮਹਾਨਤਾ ਕੀ ਹੈ ਉਥੇ ਦਾ ਇਤਿਹਾਸ ਕੀ ਹੈ ਹਰ ਜਿਹੜਾ ਉਥੇ ਦਾ ਸੇਵਾਦਾਰ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਬਾਹਰੋਂ ਕੋਈ ਆਇਆ ਤੇ ਅਸਰ ਲੈ ਕੇ ਜਾਵੇ ਸੋ ਇਹ ਗੱਲਾਂ ਜਿਹੜੀਆਂ ਅੱਜ ਕਿ ਕਿਸਾਨੀ ਸੰਘਰਸ਼ ਚੱਲ ਰਿਹਾ ਜੀ ਉਦਿਕ ਪਰਤੋ ਦੇਖੋ ਕਿਸਾਨੀ ਸੰਘਰਸ਼ ਦੇ ਵਿੱਚ ਅੱਜ ਹਰ ਵਿਅਕਤੀ ਇਹ ਮਹਿਸੂਸ ਕਰਦਾ ਕਿ ਇਹ ਸਾਰਾ ਜਿਹੜਾ ਹਮਲਾ ਭਾਰਤ ਸਰਕਾਰ ਵੱਲੋਂ ਇਹ ਹਰ ਵਿਅਕਤੀ ਉੱਤੇ ਨਹੀਂ ਹਰ ਪਰਿਵਾਰ ਦੇ ਉੱਤੇ ਹੋ ਰਿਹਾ ਹੈ। ਭਾਵੇਂ ਕੋਈ ਵਪਾਰੀ ਹੈ, ਭਾਵੇਂ ਕੋਈ ਕਿਸਾਨ ਹੈ, ਭਾਵੇਂ ਕੋਈ ਮਜ਼ਦੂਰ ਹੈ, ਭਾਵੇਂ ਕੋਈ ਨੌਕਰੀ ਵੀ ਕਰਦਾ ਹੈ ਕਿਸੇ ਵੀ ਕਿੱਤੇ ਨਾਲ ਸੰਬੰਧਤ ਹੈ ਉਹ ਸਾਰਾ ਕਿੱਤਾ ਸਾਡਾ ਆਰਥਿਕ ਤੌਰ ਤੇ ਉੱਤੇ ਵੀ ਸਮਾਜਿਕ ਤੌਰ ਤੇ ਉੱਤੇ ਵੀ ਕਿਸਾਨੀ ਨਾਲ ਸੰਬੰਧਤ ਹੈ। ਸੋ ਅੱਜ ਜਿਹੜੀ ਮਾਰ ਪੈ ਰਹੀ ਹੈ ਜੋ ਸਾਡੇ ਨਾਲ ਧੱਕਾ ਹੋ ਰਿਹਾ ਜੋ ਸਾਡੇ ਨਾਲ ਤੋਖਾ ਕਰ ਰਹੀ ਹੈ ਭਾਰਤ ਸਰਕਾਰ ਉਹਦੇ ਵਾਸਤੇ ਮੇਰੇ ਖਿਆਲ ਹੈ ਇਹ ਜਿਸ ਤਰ੍ਹਾਂ ਵੱਡੀਆਂ ਕੁਰਬਾਨੀਆਂ ਪਹਿਲਾਂ ਕੀਤੀਆਂ ਕਿਸੇ ਧਰਮ ਤੇ ਕੋਈ ਗੱਲ ਹੋ ਗਈ ਹੈ ਕਿਸੇ ਸਾਡੇ ਹੋਰ ਕੁਰਬਾਨੀਆਂ ਕਰਨੀਆਂ ਪਈਆਂ ਤੇ ਅੱਜ ਮੇਰਾ ਖਿਆਲ ਹੈ ਕਿ ਇਸ ਮੁੱਦੇ ਉੱਤੇ ਸਾਰਾ ਦੇਸ਼ ਹੀ ਨਹੀਂ ਸੰਸਾਰ ਦੇ ਸਾਰੇ ਲੋਕ ਜਿਹੜੇ ਇਕੱਠੇ ਹੋ ਗਏ ਆ ਕਿ ਜੇ ਭਾਰਤ ਸਰਕਾਰ ਨੇ ਇਹ ਮਾਰੂ ਹੱਲਾ ਕੀਤਾ ਜੇ ਇਹ ਮਾਰੂ ਬਿੱਲ ਪਾਸ ਕੀਤੇ ਸਾਡਾ ਜਿਉਣਾ ਜਿਹੜਾ ਉਹ ਖਤਮ ਹੋ ਜਾਏਗਾ ਇੱਕ ਸਰਮਾਇદાર ਲੋਕਾਂ ਦੇ ਵਿੱਚ ਸਾਡੀ ਜਾਦਾਦਾਂ ਚਲ ਜਾਣਗੀਆਂ ਅਸੀਂ ਬੇਮਾਲਕ ਹੋ ਜਾਾਂਗੇ ਜਦੋਂ ਬੇਮਾਲਕ ਹੋ ਜੇ ਫਿਰ ਸਮਝੋ ਕਿ ਖਾਸ ਕਰਕੇ ਪੰਜਾਬੀ ਤੇ ਵੈਸੇ ਨਹੀਂ ਜੀ ਸਕਦਾ ਉਹਦੇ ਪੱਗ ਨੂੰ ਹੱਥ ਪੈ ਗਿਆ ਉਹ ਭਾਵੇਂ 4 ਕਨਾਲ ਦਾ ਵੀ ਮਾਲਕ ਹੋਵੇ ਉਹ ਆਪਣੇ ਨੂੰ ਮਾਲਕ ਸਮਝਦਾ ਇਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਮਾਲਕ ਬਣਾਏ ਜੇ ਸਾਨੂੰ ਮਾਲਕੀ ਦਾ ਹੱਕ ਲੈਣ ਵਾਸਤੇ ਇੰਨੀਆਂ ਕੁਰਬਾਨੀਆਂ ਕਰਨੀਆਂ ਪਈਆਂ ਤੇ ਅੱਜ ਅਸੀਂ ਬੇਮਾਲਕ ਕਿਸ ਤਰ੍ਹਾਂ ਰਹਿ ਕੇ ਜੀ ਸਕਦੇ ਹਾਂ ਤੇ ਜਿਹੜੇ ਅੱਜ ਸੇਵਾਵਾਂ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਭਾਵੇਂ ਦੇਸ਼ ਦੇ ਲੋਕ ਹੀ ਕਰ ਰਹੇ ਆ ਵਰਲਡ ਚ ਵੀ ਲੋਕ ਕਰ ਰਹੇ ਆ ਜੋ ਪੰਜਾਬੀਆਂ ਨੇ ਉੱਥੇ ਸੇਵਾਵਾਂ ਕੀਤੀਆਂ ਜੋ ਉੱਥੇ ਲੱਖਾਂ ਦੀ ਗਿਣਤੀ ਚ ਪਹੁੰਚ ਕੇ ਆਪਣੀ ਹਾਜ਼ਰੀ ਭਰੀ ਹੈ ਉਹਦੇ ਚ ਬਹੁਤ ਸੰਘਰਸ਼ ਵਿੱਚੋਂ ਗੱਲਾਂ ਸਾਹਮਣੇ ਆਈਆਂ ਮੈਂ ਇੱਕ ਦੇਖ ਰਹੀ ਸਾਂ ਕਿ ਉਹ ਸੰਘਰਸ਼ ਨੇ ਜਿਹੜੀਆਂ ਪ੍ਰਾਣੀਆਂ ਸਾਡੀਆਂ ਰਵੈਤਾ ਸੀ ਇੱਕ ਤੇ ਉਹਨੂੰ ਲੋਕਾਂ ਚ ਕਰਕੇ ਵਿਖਾਤਾ ਦੂਜੀ ਗੱਲ ਕਿ ਲੋਕ ਕਹਿੰਦੇ ਸੀ ਕਿ ਪੰਜਾਬੀ ਕਮਜ਼ੋਰ ਹੋ ਗਏ ਆ ਪੰਜਾਬੀ ਨਿਸ਼ੇੜੀ ਹੋ ਗਏ ਆ ਪੰਜਾਬ ਨਸ਼ੇ 'ਚ ਗਲਤਾਨ ਹੋ ਗਿਆ ਅੱਜ ਜਦੋਂ ਉੱਥੇ ਦੇਖ ਰਹੇ ਆ ਉਹ ਪੰਜਾਬੀਆਂ ਦੀ ਜ਼ੁਬਾਨ 'ਚ ਜਦੋਂ ਸਿੱਖ ਇਤਿਹਾਸ ਦੇ ਪੰਨੇ ਫੁੱਲੇ ਜਾ ਰਹੇ ਆ ਗੁਰਬਾਣੀ ਦੇ ਪਾਠ ਕੀਤੇ ਜਾ ਰਹੇ ਆ ਗੁਰਬਾਣੀ ਨੂੰ ਵਾਰ-ਵਾਰ ਦੁਹਰਾਇਆ ਜਾ ਰਿਹਾ ਤੇ ਗੌਰਵ ਮੇ ਇਤਿਹਾਸ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਉਸ ਵੇਲੇ ਸਿਰ ਨਾ ਉੱਚਾ ਹੁੰਦਾ ਕਿ ਸਾਡੇ ਬੱਚੇ ਸਾਡੇ ਨੌਜਵਾਨ ਸਾਡੇ ਬਜ਼ੁਰਗ ਕਿਵੇਂ ਗੁਣ ਚੁਏ ਪੈਨੇ ਆਪਣੀ ਸਿੱਖ ਇਤਿਹਾਸ ਨਾਲ ਕਿਵੇਂ ਜੁੜੇ ਹੋਏ ਸੋ ਇਹ ਵੀ ਦੱਸ ਦਿੱਤਾ ਕਿ ਅਸੀਂ ਜਦੋਂ ਵੀ ਕੋਈ ਮੁਸੀਬਤ ਬਣੇ ਇਕਤਾ ਨਾਲ ਲੜਦੇ ਆ ਇਹ ਵੀ ਦੱਸ ਦਿੱਤਾ ਕਿ ਅਸੀਂ ਅਨਖ ਤੇ ਗੈਰਤ ਦੇ ਮਾਲਕ ਹੈ ਇਹ ਵੀ ਦੱਸ ਦਿੱਤਾ ਕਿ ਜੇ ਸਾਡੀ ਮੁਸੀਬਤਾਂ ਆਈਆਂ ਵੀ ਹੈ ਤੇ ਕਿ ਨਿਸ਼ਚਿਤਕ ਦੇ ਲਈ ਨਾ ਰਹਨੇ ਆ ਅਸੀਂ ਕੋਈ ਭਾਈ ਕਨਈਏ ਵਾਲੀ ਜਿਹੜੀ ਦਿੱਤੀ ਹੋਈ ਸੇਵਾ ਕਿ ਸਭ ਨੂੰ ਉਹਨੇ ਦੁਸ਼ਮਣਾਂ ਨੂੰ ਵੀ ਪਾਣੀ ਪਿਆ ਦਿੱਤਾ ਮੇਰਾ ਖਿਆਲ ਹੈ ਕਿ ਉਹ ਵੀ ਅੱਜ ਜੇ ਉਹਨਾਂ ਨੇ ਵਿਛਾੜਾ ਕਰਨ ਵਾਲੇ ਪਾਣੀ ਦੇ ਵਾਲੇ ਸੀ ਉਹਨਾਂ ਨੂੰ ਵੀ ਜਲ ਸ਼ਿਕਾਤ ਦਾ ਜੇ ਕੋ ਲਾਠੀਆਂ ਵਰਾਉਣ ਵਾਲੇ ਸੀ ਉਹਨਾਂ ਨੇ ਵੀ ਲੰਗਰ ਸ਼ਿਕਾਤ ਆ ਇਹ ਵੀ ਰਵਾਇਤ ਜਿਹੜੀ ਸਾਡੀ ਅੱਜ ਸਾਹਮਣੇ ਆ ਰਹੀ ਹੈ ਉਥੇ ਇਤਿਹਾਸ ਸਾਡਾ ਬੜਾ ਪੁੰਗਰ ਪੁੰਗਰ ਕੇ ਨਿਕਲ ਰਿਹਾ ਸਭ ਮੈਸਬੀ ਦੀਆਂ ਕਿ ਅੱਜ ਕੌਮ ਨੂੰ ਫਖਰ ਹੈ ਕਿ ਸਾਡੇ ਜੋਧੇ ਸਾਡੀਆਂ ਨੌਜਵਾਨ ਪਿਆਣਾ ਸਾਡੀਆਂ ਬਜ਼ੁਰਗ ਮਤਾਵਾ ਸਾਡੇ ਛੋਟੇ ਛੋਟੇ ਬੱਚੇ ਉਥੇ ਬੈਠ ਕੇ ਪੂਰਾ ਸੰਘਰਸ਼ ਕਰ ਰਹੇ ਜਿੱਥੇ ਸਾਰੀਆਂ ਸੰਸਥਾਵਾਂ ਉਥੇ ਸੇਵਾ ਕਰ ਰਹੀਆਂ ਜਿੱਥੇ ਜਿੱਥੇ ਵੱਖ-ਵੱਖ ਸਿਆਸੀ ਲੀਡਰਾਂ ਨੇ ਉੱਥੇ ਜਾ ਕੇ ਵੱਡੀਆਂ-ਵੱਡੀਆਂ ਸੇਵਾਵਾਂ ਵਿੱਚ ਹਿੱਸਾ ਪਾਇਆ ਉੱਥੇ ਮੈਂ ਸਮਝਦੀ ਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਪਹਿਲਾਂ ਜਿੱਦਾਂ ਵਿੱਚ ਪਾਰਲੀਮੈਂਟ ਵਿੱਚ ਵੀ ਬਹੁਤ ਵੱਡੀ ਆਵਾਜ਼ ਬੁਲੰਦ ਕੀਤੀ ਔਰ ਉੱਥੇ ਉਹਨਾਂ ਦੀ ਪਾਰਟੀ ਨੂੰ ਛੱਡਣ ਵਾਸਤੇ ਜੋ ਵੱਡਾ ਐਲਾਨ ਕੀਤਾ ਉੱਥੋਂ ਜਿਹੜੀ ਆਪਣੀ ਮਿਨਿਸਟਰੀ ਸੀ ਛੱਡ ਕੇ ਬਾਹਰ ਆਏ ਮੈਂ ਇਸ ਕਰਕੇ ਕਹਿਆ ਕਿ ਇਸ ਗੱਲਸ਼ ਦੇ ਵਿੱਚ ਹਰ ਪਾਰਟੀ ਤੇ ਉਸ ਤੋਂ ਬਾਅਦ ਪਦਮ ਵਿਪੂਸ਼ਣ ਵਰਗੇ ਅਵਾਰਡ ਜੇ ਸਰਦਾਰ ਪ੍ਰਕਾਸ਼ੇ ਬਾਦਲ ਜੀ ਨੇ ਮੋੜਿਆ ਸਾਰੇ ਪਿੱਛੇ ਖਿਡਾਰੀਆਂ ਨੇ ਸਾਰੇ ਸਿਆਸੀ ਲੋਕਾਂ ਨੇ ਸਮਾਜਿਕ ਲੋਕਾਂ ਨੇ ਸਾਡੇ ਗਾਇਕਾਂ ਨੇ ਹਰ ਇੱਕ ਨੇ ਧਾਰਮਿਕ ਵਿਅਕਤੀਆਂ ਨੇ ਸਭ ਨੇ ਇਹ ਵਾਪਸ ਕਰਕੇ ਦਰਸਦਾ ਕਿ ਸਾਨੂੰ ਸਾਨੂੰ ਇਮਾਨ ਚਾਹੀਦਾ ਸਾਨੂੰ ਸਨਮਾਨ ਚਾਹੀਦਾ ਸਾਨੂੰ ਇਹ ਸਨਮਾਨ ਨਹੀਂ ਚਾਹੀਦਾ ਸਾਨੂੰ ਕਿਸਾਨ ਚਾਹੀਦਾ ਸੋ ਅੱਜ ਜਿੱਥੇ ਸਾਰੇ ਗੁਰੂ ਕੇ ਲੰਗਰ ਦੀ ਸੇਵਾ ਕਰ ਰਹੇ ਹੈ ਸ਼੍ਰੋਮਣੀ ਗੁਦਾਰਾ ਪ੍ਰੰਧ ਕਮੇਟੀ ਲਗਾਤਾਰ ਉੱਥੇ ਸਾਰੇ ਥਾਪੜਾਂਵਾਂ ਦੇ ਉੱਤੇ ਗੁਰੂ ਕੇ ਲੰਗਰ ਵੱਡੀ ਗਿੰਦੀ ਚਲਾ ਰਹੇ ਹੈ ਉੱਥੇ ਮੈਡੀਸਿਨਸ ਦੀਆਂ ਤਿੰਨ ਵੈਨਾਂ ਸਾਰੀਆਂ ਪੱਕੀਆਂ ਐਂਬੂਲੈਂਸ ਖੜੀਆਂ ਹੋਈਆਂ ਬਾਕੀ ਇੱਕ ਐਂਬੂਲੈਂਸ ਵਾਰ-ਵਾਰ ਦਵਾਈ ਲੈ ਕੇ ਜਾ ਰਹੀ ਹੈ ਫਿਰ ਅਸੀਂ ਮਹਿਸੂਸ ਕੀਤਾ ਸੀ ਕਿ ਔਰਤਾਂ ਵੱਡੀ ਗਿਣਤੀ ਚ ਬੈਠੀਆਂ ਨੇ ਉਹਦੀ ਮੁਸੀਬਤ ਕੀ ਹੈ ਸਭ ਤੋਂ ਵੱਡੀ ਮੁਸੀਬਤ ਸਾਨੂੰ ਲੱਗੀ ਕਿ ਉਹਨਾਂ ਨੂੰ ਬਾਹਰ ਅੰਦਰ ਜਾਣਾ ਬੜਾ ਮੁਸੀਬਤ ਆਂਦੀ ਹੋਏਗੀ ਅਸੀਂ ਇਸ ਵੇਲੇ ਦੋ ਟਾਇਲਟਸ ਜੜੀਆਂ ਸੀਆਂ ਉੱਥੇ ਅਸੀਂ ਮੂਵੇਬਲ ਖੜੀਆਂ ਕੀਤੀਆਂ ਔਰ ਕੱਲ੍ਹ ਦੀਆਂ ਉਹ ਚਾਲੂ ਹੋ ਗਈਆਂ ਟਿਕਰੀ ਬਾਰਡਰ ਦੇ ਉੱਤੇ 100 ਦੇ ਸੌ ਹੀ ਜਿਹੜੀ ਸੀ ਸਿੰਘੂ ਪਰ ਬਾਰਡਰ ਦੇ ਉੱਤੇ ਉਹ ਪਹੁੰਚ ਚੁੱਕੀਆਂ ਸਭ ਬਿਸਤਰੇ ਉੱਥੇ ਭੇਜੇ ਆ ਅੱਜ ਵੀ ਮੈਂ ਉੱਥੇ ਹੋਰ ਗੱਦੇ ਭੇਜਣ ਲੱਗੇ ਆ ਹੋਰ ਬਿਸਤਰੇ ਪ੍ਰਬੰਧ ਕਰਨ ਲੱਗੇ ਆ ਤਾਂ ਜੋ ਉੱਥੇ ਲੋਕੀ ਜਿਹੜੇ ਆ ਬੈਠ ਕੇ ਆਪਣਾ ਬੈਠ ਕੇ